ਹੈਲੋ ਦੋਸਤੋ, ਵੈਲਕਮ ਟੂ ਪੰਜ ਪਾਣੀ ਟੀ ਵੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਰੀ ਕ੍ਰਿਸਮਿਸ। ਅੱਜ ਕ੍ਰਿਸਮਿਸ ਦਾ ਤਿਉਹਾਰ ਹੈ ਅਤੇ ਕ੍ਰਿਸਮਿਸ ਦਾ ਤਿਉਹਾਰ ਹਰ ਸਾਲ ਹੀ 25 ਦਸੰਬਰ ਨੂੰ ਬੜੀ ਧੂਮਧਾਮ ਨਾਲ ਮਸੀਹ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ। ਅਤੇ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੀ ਮੈਥੋਡਿਸਟ ਚਰਚ, ਠੰਡੀ ਸੜਕ ਬਠਿੰਡਾ 'ਤੇ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਪਈਆਂ। ਬਾਹਰ ਜਿਵੇਂ ਮੇਲੇ ਦੇ ਵਿੱਚ ਰੌਣਕਾਂ ਹੁੰਦੀਆਂ ਨੇ, ਇੱਧਰ ਕੈਂਡਲ, ਕਿਉਂਕਿ ਅੰਦਰ ਕੈਂਡਲ ਜਲਾਉਣ ਦੀ ਰਸਮ ਹੈ। ਕੈਂਡਲ ਜਲਾ ਕੇ ਵਿਸ਼ ਮੰਗੀ ਜਾਂਦੀ ਹੈ, ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ। ਆਪਾਂ ਅੰਦਰ ਚੱਲਦੇ ਹਾਂ, ਦੇਖਦੇ ਹਾਂ ਕਿ ਕਿਸ ਤਰ੍ਹਾਂ ਅੰਦਰ ਸੈਲੀਬ੍ਰੇਟ ਕੀਤਾ ਜਾ ਰਿਹਾ। ਕ੍ਰਿਸਮਸ ਦਾ ਜਿਹੜਾ ਤਿਉਹਾਰ ਹੈ ਮਸੀਹ ਭਾਈਚਾਰੇ ਵੱਲੋਂ ਮਨਾਇਆ ਜਾਂਦਾ। ਸਭ ਤੋਂ ਵੱਡਾ ਜਿਹੜਾ ਤਿਉਹਾਰ ਮੰਨਦੇ ਨੇ ਮਸੀਹ ਭਾਈਚਾਰੇ ਵਾਲੇ, ਕਿਉਂਕਿ ਇਸ ਦਿਨ ਨੂੰ ਪ੍ਰਭੂ ਈਸਾ ਮਸੀਹ ਦੇ ਜਨਮ ਦੀ ਸਮ੍ਰਿਤੀ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇੱਕ ਮਿੱਠੀ ਯਾਦ ਤਾਜ਼ਾ ਕਰਦੇ ਹੈ, ਕਿਉਂਕਿ ਇਸ ਦਿਨ ਉਹਨਾਂ ਦਾ ਪਰਮੇਸ਼ਵਰ ਪ੍ਰਭੂ ਈਸਾ ਮਸੀਹ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਦੁਨੀਆ ਦੇ ਵਿੱਚ ਸ਼ਾਂਤੀ ਦਾ ਸੰਦੇਸ਼ ਦਿੱਤਾ। ਅੰਦਰ ਚੱਲਦੇ ਹਾਂ ਮੈਥੋਡਿਸਟ ਚਰਚ ਤੋਂ ਦੱਸਦੀ ਹੈ ਕਿ ਇਹ ਸਭ ਤੋਂ ਪੁਰਾਣੀ ਜਿਹੜੀ ਹੈ ਬਠਿੰਡਾ ਦੀ ਚਰਚ, ਇਹ ਚਰਚ ਹੈ ਅੰਗਰੇਜ਼ਾਂ ਵੇਲੇ ਦੀ। 1857 ਲਗਭਗ 200 ਸਾਲ ਦੇ ਨੇੜੇ ਹੋ ਗਏ ਨੇ। ਇੱਧਰ ਕੈਂਡਲ ਜਲਾ ਕੇ ਵਿਸ਼ ਮੰਗ ਰਹੇ ਹੈ, ਸੁੱਖ ਸ਼ਾਂਤੀ ਦਾ ਸੰਦੇਸ਼, ਜੀਸਸ ਕ੍ਰਾਈਸਟ ਦੀ ਮੂਰਤੀ ਦੇ ਸਾਹਮਣੇ ਬੜੇ ਖੁਸ਼ ਨੇ। ਬੱਚੇ ਬਜ਼ੁਰਗ ਸਾਰੇ ਬੜੇ ਖੁਸ਼ੀਆਂ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਇੱਕ ਦੂਜੇ ਨਾਲ, ਆਪਣੇ ਦੋਸਤਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਪਰਿਵਾਰ ਦੇ ਨਾਲ ਮਿਲ ਕੇ ਬੜੇ ਪਿਆਰ ਮੁਹੱਬਤ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਮਿਠਾਈਆਂ ਵੰਡੀਆਂ ਜਾਂਦੀਆਂ ਨੇ, ਗਿਫਟ ਵੰਡੇ ਜਾਂਦੇ ਨੇ, ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਅਤੇ ਸ਼ਾਂਤੀ ਦਾ ਸੰਦੇਸ਼ ਰਲ ਮਿਲ ਕੇ ਮਨਾਉਂਦੇ ਆ ਤਿਉਹਾਰ। ਆਪਾਂ ਅੰਦਰ ਚੱਲਦੇ ਹਾਂ, ਰੌਣਕਾਂ ਲੱਗੀਆਂ ਹੋਈਆਂ ਪੂਰੀਆਂ। ਇੱਧਰ ਬੜੀ ਸੁੰਦਰ ਜੀਸਸ ਕ੍ਰਾਈਸਟ ਦੀ ਸਟੈਚੂ ਹੈ, ਬੜਾ ਸੁੰਦਰ ਨਜ਼ਾਰਾ। ਅੰਦਰ ਚੱਲਦੇ ਹਾਂ, ਅੰਦਰ ਵੀ ਪ੍ਰਾਰਥਨਾ ਕੀਤੀ ਜਾ ਰਹੀ ਹੈ ਸੁੱਖ ਸ਼ਾਂਤੀ ਦੇ ਲਈ ਦੁਨੀਆ ਦੇ ਵਿੱਚ। ਅਤੇ ਆਪਾਂ ਅੰਦਰ ਚੱਲਦੇ ਹਾਂ, ਅੰਦਰ ਜਿੱਥੇ ਕਿ ਪ੍ਰਾਰਥਨਾ ਸਭਾ ਚੱਲ ਰਹੀ ਹੈ ਅਤੇ ਅੰਦਰ ਕੈਰਲ ਜਿਹੜੇ ਧਾਰਮਿਕ ਗੀਤ ਹੁੰਦੇ ਇਹਨਾਂ ਦੇ, ਉਹ ਵੀ ਤੁਹਾਨੂੰ ਸੁਣਾਵਾਂਗੇ ਅੰਦਰ ਜਾ ਕੇ। ਜਿਹੜੇ ਚਰਚ ਦੇ ਫਾਦਰ ਨੇ ਮਿਸਟਰ ਅਨਿਲ ਵਿਲੀਅਮਸ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਜ ਦੇ ਦਿਨ ਬਾਰੇ ਕਿ ਕੀ ਮਹੱਤਤਾ ਅੱਜ ਦੇ ਦਿਨ ਦੀ। ਅੰਦਰ ਬੜਾ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਚਰਚ ਨੂੰ। ਅਤੇ ਅੰਦਰ ਇੱਧਰ ਪ੍ਰਭੂ ਜੀਸਸ ਕ੍ਰਾਈਸਟ ਤੋਂ ਪ੍ਰਾਰਥਨਾ ਕਰਕੇ ਸੁੱਖ ਸ਼ਾਂਤੀ ਦੀ ਇੱਛਾ, ਸ਼ੁਭ ਇੱਛਾ ਕੀਤੀ ਜਾਂਦੀ ਹੈ। ਆਪਾਂ ਜਿਹੜੇ ਇੱਥੇ ਸ਼ਰਧਾਲੂ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਅਤੇ ਜਿਹੜੇ ਇੱਥੇ ਚਰਚ ਦੇ ਫਾਦਰ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਜਾਣਾਂਗੇ ਅੱਜ ਦੇ ਦਿਨ ਬਾਰੇ। ਸਭ ਤੋਂ ਪਹਿਲਾਂ ਆਏ ਹੋਏ ਸਾਰੀ ਆਡੀਅੰਸ ਨੂੰ, ਸਾਰੇ ਮੇਰੇ ਪ੍ਰੈਸ ਵੱਲੋਂ, ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪ੍ਰੇਰਨਾ ਕਾਲੀਆ, ਸਭ ਤੋਂ ਪਹਿਲਾਂ ਮੈਂ ਲੱਖ ਲੱਖ ਵਧਾਈ ਦੇਣਾ ਚਾਹੁੰਦੀ ਹਾਂ ਕ੍ਰਿਸਮਸ ਦੇ ਮੌਕੇ 'ਤੇ। ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਇਹ ਗੱਲ ਕਹਿੰਦੇ ਹੋਏ ਕਿ ਭਾਰਤ ਕਿਹੋ ਜਿਹਾ ਦੇਸ਼ ਹੈ ਜਿੱਥੇ ਸਾਰੇ ਧਰਮਾਂ ਨੂੰ ਬਹੁਤ ਹੀ ਪ੍ਰਾਥਮਿਕਤਾ, ਬਹੁਤ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਅਤੇ ਹਰ ਇੱਕ ਧਰਮ ਨੂੰ ਹੀ ਉੱਚਾ ਸਮਝਿਆ ਜਾਂਦਾ ਹੈਗਾ ਅਤੇ ਸਾਰੇ ਧਰਮਾਂ ਨੂੰ ਹੀ ਬਹੁਤ ਹੀ ਬਖੂਬੀ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ। ਉਹਨਾਂ 'ਚੋਂ ਅੱਜ ਮੈਂ ਕ੍ਰਿਸਮਸ ਧਰਮ ਨੂੰ ਵੀ ਸੈਲੀਬ੍ਰੇਟ ਕਰ ਰਹੀ ਹਾਂ। ਮੈਰੀ
ਕ੍ਰਿਸਮਸ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਕਦੇ ਵਿਸਾਖੀ ਦਾ ਸੈਲੀਬ੍ਰੇਸ਼ਨ ਕਰ ਰਹੇ ਹਾਂ, ਕਦੇ ਦੀਵਾਲੀ ਦਾ ਸੈਲੀਬ੍ਰੇਸ਼ਨ ਕਰ ਰਹੇ ਹਾਂ, ਕਦੇ ਦੁਸਹਿਰੇ ਦਾ ਤਿਉਹਾਰ ਦੇਖਣ ਜਾ ਰਹੇ ਹਾਂ। ਉਸੇ ਤਰੀਕੇ ਨਾਲ ਅੱਜ ਕ੍ਰਿਸਮਸ ਦਾ ਵੀ ਜਿੱਥੇ ਮੈਂ ਖੜੀ ਹਾਂ ਚਰਚ ਦੇ ਵਿੱਚ, ਇਹ 200 ਸਾਲ ਤੋਂ ਵੱਧ ਪੁਰਾਣਾ ਚਰਚ ਹੈ, ਅੰਗਰੇਜ਼ਾਂ ਦੇ ਟਾਈਮ ਦਾ ਤੁਸੀਂ ਦੇਖ ਸਕਦੇ ਹੋ, ਇਹਦੀ ਬਣਤਰ ਨੂੰ ਵੀ ਦੇਖ ਸਕਦੇ ਹੋ। ਸਾਰੇ ਦੇਸ਼ਵਾਸੀਆਂ ਨੂੰ ਇੱਕ ਵਾਰ ਫਿਰ ਮੈਰੀ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਧੰਨਵਾਦ। ਤੁਸੀਂ ਕਿ ਸਿੰਗਰ ਹੋ, ਕੋਈ ਸੁਣਾਉਣਾ ਚਾਹੁੰਦੇ ਹੋ ਸੌਂਗ ਛੋਟਾ ਇੱਕ? ਹਾਂਜੀ ਬਿਲਕੁਲ, ਅੱਜ ਆਪਣੇ ਬਹੁਤ ਵੱਡਾ ਦਿਨ ਹੈ, ਸੋ ਜੀਜਸ ਲਈ, ਉਸ ਪਰਮ ਪਿਤਾ ਪਰਮੇਸ਼ਵਰ ਲਈ ਇੱਕ ਗੀਤ ਜ਼ਰੂਰ ਮੈਂ ਗਾਉਂਗੀ। ਦੂਰ ਇੱਕ ਤਾਰਾ ਜਾ ਰਹਾ ਹੈ, ਪਹੁੰਚੇਗਾ ਇੱਕ ਦਿਨ ਬੈਥਲਹਿਮ ਕੋ। ਦੂਰ ਇੱਕ ਤਾਰਾ ਜਾ ਰਹਾ ਹੈ, ਪਹੁੰਚੇਗਾ ਇੱਕ ਦਿਨ ਬੈਥਲਹਿਮ ਕੋ। ਹਮ ਵੀ ਚਲੇਂਗੇ ਪੀਛੇ ਉਸਕੇ, ਹਮ ਵੀ ਚਲੇਂਗੇ ਪੀਛੇ ਉਸਕੇ, ਦੰਡਵਤ ਕਰੇਂਗੇ ਕ੍ਰਿਸ ਯੇਸ਼ੂ ਕੋ। ਦੂਰ ਇੱਕ ਤਾਰਾ ਜਾ ਰਹਾ ਹੈ, ਪਹੁੰਚੇਗਾ ਇੱਕ ਦਿਨ ਬੈਥਲਹਿਮ ਕੋ। ਥੈਂਕ ਯੂ। ਹਾਂਜੀ, ਇਸ ਕ੍ਰਿਸਮਸ ਦਿਹਾੜੇ 'ਤੇ ਮੈਂ ਕ੍ਰਿਸਮਸ ਦੀਆਂ ਖੁਸ਼ੀਆਂ ਨੂੰ ਇੱਕ ਭਜਨ ਦੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਹਦੇ ਬੋਲ ਕੁਛ ਇਸ ਤਰ੍ਹਾਂ ਹੈ। ਧੰਨਵਾਦ ਕੇ ਸਾਥ ਸਤੁਤੀ ਗਾਉਂਗਾ, ਹੇ ਯੇਸ਼ੂ ਮੇਰੇ ਖੁਦਾ, ਉਪਕਾਰ ਤੇਰੇ ਬੇਸ਼ੁਮਾਰ, ਕੋਟੀ ਕੋਟੀ ਸਤੁਤੀ ਧੰਨਵਾਦ। ਯੋਗਿਤਾ ਸੇ ਬੜ ਕੇ ਦਿਆ ਹੈ ਆਪਣੀ ਦਇਆ, ਸੇ ਤੂਨੇ ਮੁਝੇ ਮਾਂਗਨੇ ਸੇ ਜ਼ਿਆਦਾ ਮਿਲਾ ਮੁਝੇ, ਆਭਾਰੀ ਹੂੰ ਪ੍ਰਭੂ ਮੈਂ। ਮਾਂਗਨੇ ਸੇ ਜ਼ਿਆਦਾ ਮਿਲਾ ਮੁਝੇ, ਆਭਾਰੀ ਹੂੰ ਪ੍ਰਭੂ ਮੈਂ। ਧੰਨਵਾਦ। ਇਸ ਦੇ ਨਾਲ ਨਾਲ ਇੱਕ ਵਾਰੀ ਫਿਰ ਸਾਰੀ ਪੰਜਾਬ ਵਾਸੀਆਂ ਨੂੰ, ਸਾਰੀ ਦੁਨੀਆਂ ਭਰ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦੀ ਨੂੰ, ਪੰਜਾਬ ਵਾਸੀਆਂ ਨੂੰ, ਭਾਰਤ ਵਾਸੀਆਂ ਨੂੰ ਇਸ ਵੱਡੇ ਦਿਨ ਦੀ ਸ਼ੁਭਕਾਮਨਾ ਦਿੰਦੀ ਹੈ, ਅਤੇ ਨਵਾਂ ਸਾਲ ਦੀਆਂ ਵੀ ਸਭ ਨੂੰ ਸ਼ੁਭਕਾਮਨਾ ਦਿੰਦੀ ਹੈ। ਨਵਾਂ ਸਾਲ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਆਵੇ। ਅੱਜ ਮੈਂ ਇਸ ਚਰਚ ਵਿੱਚ ਖੜੀ ਹੈ ਜੋ ਠੰਡੀ ਸੜਕ 'ਤੇ ਪਾਇਆ ਜਾਂਦਾ ਹੈ, ਔਰ ਇਹ ਲਗਭਗ 2 ਸਾਲ ਤੋਂ ਪੁਰਾਣਾ ਚਰਚ ਹੈ, ਔਰ ਜਿਹੜੀ ਇਹਦੀ ਇੱਟਾਂ ਹੈ ਅੰਗਰੇਜ਼ ਦੀ ਟਾਈਮ ਦੀ ਇੱਟਾਂ ਲੱਗੀਆਂ ਹੋਈਆਂ, ਇਹ ਜਿਹੜੀ ਇਹਦੀ ਬਣਾਵਟ ਹੈ ਅੰਗਰੇਜ਼ ਦੇ ਟਾਈਮ ਦੀ ਹੀ ਬਣਾਵਟ ਹੈ। ਇਸ ਚਰਚ ਦੇ ਵਿੱਚ ਅਸੀਂ 25 ਨੂੰ ਪਹਿਲਾਂ ਚਰਚ ਆਉਂਦੇ ਹਾਂ, ਇੱਕ ਵਰਸ਼ਿਪ ਕਰਦੇ ਹਾਂ, ਵਰਸ਼ਿਪ ਕਰਨ ਦੇ ਵਿੱਚ ਅਸੀਂ ਪ੍ਰਭੂ ਦਾ ਨਾਮ ਲੈਂਦੇ ਹਾਂ, ਪ੍ਰਭੂ ਦੀ ਮਹਿਮਾ ਕਰਦੇ। ਇੱਥੇ ਹਰ ਇੱਕ ਧਰਮ ਦੇ ਲੋਕ ਆਉਂਦੇ ਹੈ, ਹਰ ਇੱਕ ਧਰਮ ਦੇ ਲੋਕ ਆ ਕੇ ਯੇਸ਼ੂ ਨੂੰ ਜਾਣਦੇ ਹੈ। ਫਿਰ ਇਸ ਤੋਂ ਬਾਅਦ ਚਰਚ ਖਤਮ ਹੋਣ ਤੋਂ ਬਾਅਦ ਇੱਕ ਲੰਗਰ ਦਿੱਤਾ ਜਾਂਦਾ ਹੈ, ਜੋ ਕਾਮਨ ਲੰਗਰ ਹੈ ਸਾਰੇ ਧਰਮ ਲਈ, ਸਾਰੀ ਜਾਤੀਆਂ ਲਈ ਕਾਮਨ ਲੰਗਰ ਹੈ, ਜੋ ਖਾਂਦੇ ਹੈ ਅਤੇ ਆਪਣੇ ਪਵਿੱਤਰ ਨਾਮ ਨੂੰ ਜਾਣਦੇ ਹੈ। ਮੈਂ ਅੱਜ ਸਾਰੇ ਈਸਾਈ ਧਰਮ ਵੱਲੋਂ ਸਭ ਨੂੰ ਮੈਰੀ ਕ੍ਰਿਸਮਸ ਕਹਿੰਦੀ ਹਾਂ, ਅਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
ਅੱਜ ਅਸੀਂ ਕ੍ਰਿਸਮਸ ਦਿਹਾੜੇ ਨੂੰ ਮਨਾ ਰਹੇ ਹਾਂ ਅਤੇ ਇਹਦੇ ਪਿੱਛੇ ਦਾ ਕਾਰਨ ਇਹ ਹੈ ਕਿ ਯੇਸ਼ੂ ਨਾਸਰੀ 2000 ਸਾਲ ਪਹਿਲਾਂ ਇਸ ਜਗਤ 'ਤੇ ਆਇਆ। ਉਹਨੇ ਮਨੁੱਖਾਂ ਦੇ ਜਿਹੜੇ ਪਾਪ ਸੀ ਆਪਣੇ ਉੱਪਰ ਲਿੱਤੇ ਤਾਂ ਕਿ ਮਨੁੱਖ ਦੇ ਸਾਰੇ ਪਾਪ ਖਤਮ ਕੀਤੇ ਜਾਣ ਅਤੇ ਇੱਕ ਜੀਵਨ ਦੀ ਜੋਤੀ ਬਣ ਕੇ ਇਸ ਧਰਤੀ 'ਤੇ ਉਹ ਆਇਆ। ਅਤੇ ਇਸ ਕਰਕੇ ਅਸੀਂ ਅੱਜ ਦਿਨ ਨੂੰ ਬਹੁਤ ਖੁਸ਼ਹਾਲ ਤੌਰ 'ਤੇ ਮਨਾਉਂਦੇ ਹਾਂ ਅਤੇ ਸਭਾ ਦੇ ਦਿਲਾਂ ਨੂੰ ਖੁਸ਼ ਕਰਦੇ ਹਾਂ ਪਿਤਾ ਪਰਮੇਸ਼ਵਰ ਦੇ ਨਾਮ 'ਤੇ। ਔਰ ਹਰ ਤਰ੍ਹਾਂ ਦੇ ਧਰਮ ਦੇ ਜਿਹੜੇ ਲੋਕ ਹੈ ਆਉਂਦੇ ਇੱਥੇ, ਸਾਰੇ ਜਨ ਇਕੱਠੇ ਹੋ ਕੇ ਯੇਸ਼ੂ ਨਾਸਰੀ ਦਾ ਨਾਮ ਲੈਂਦੇ ਨੇ, ਇਸ ਕ੍ਰਿਸਮਸ ਦਿਹਾੜੇ ਨੂੰ ਮਨਾਉਂਦੇ ਨੇ। ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਜਾਣ ਕੇ ਕਿ ਖੁਦਾਵੰਦ ਯੇਸ਼ੂ ਨਾਸਰੀ ਦਾ ਨਾਮ ਬਹੁਤ ਉੱਚਾ ਹੋ ਰਿਹਾ ਔਰ ਲੋਕ ਇਸ ਨਾਮ ਨੂੰ ਜਾਣ ਰਹੇ ਨੇ। ਮੈਂ ਫਿਰ ਇੱਕ ਵਾਰ ਫਿਰ ਮੇਰੇ ਵੱਲੋਂ ਅਤੇ ਪੂਰੇ ਸਾਈ ਕੌਮ ਵੱਲੋਂ ਮੈਰੀ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਇਸ ਚਰਚ ਦੇ ਪਾਸਟਰ ਮਿਸਟਰ ਅਨਿਲ ਵਿਲੀਅਮ ਜੀ ਵੀ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਵੀ ਆਪਾਂ ਇਸ ਦਿਨ ਬਾਰੇ ਗੱਲਬਾਤ ਕਰਾਂਗੇ ਕਿ ਇਸ ਦਿਨ ਦੀ ਕੀ ਮਹੱਤਤਾ ਹੈ ਅਤੇ ਕਿਸ ਤਰ੍ਹਾਂ ਸੈਲੀਬ੍ਰੇਟ ਕੀਤਾ ਗਿਆ ਅੱਜ ਦੇ ਦਿਨ ਇੱਥੇ। ਸੋ ਮੈਂ ਪਾਦਰੀ ਅਨਿਲ ਵਿਲੀਅਮ, ਮੈਂ ਤੁਹਾਡੀ ਚਰਚ ਬਠਿੰਡਾ ਦੇ ਵੱਲੋਂ ਆਪ ਸਭ ਪੱਤਰਕਾਰ ਭਾਈਚਾਰੇ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਤੁਹਾਡੇ ਸਾਰੇ ਚੈਨਲਾਂ ਦੇ ਲਈ ਜੋ ਸਾਡੇ ਨਾਲ ਇਸ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਸਾਂਝਾ ਕਰਨ ਦੇ ਲਈ ਆਏ ਨੇ। ਔਰ ਅੱਜ ਦਾ ਇਹ ਜਨਮ ਦਿਹਾੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਤੁਹਾਨੂੰ ਖੁਸ਼ੀ ਮਹਿਸੂਸ ਕਰਦੇ ਇਸ ਗੱਲ ਨੂੰ ਦੱਸਦੇ ਹਾਂ ਕਿ ਇਹ ਚਰਚ ਜਿਹੜਾ ਹੈ ਕਰੀਬ ਕਰੀਬ 170 ਸਾਲ ਪੁਰਾਣਾ ਹੈ ਔਰ ਮੈਨੂੰ ਵੀ ਖੁਦਾ ਦੀ ਹਜ਼ੂਰੀ ਦੇ ਵਿੱਚ ਇਹ ਮੌਕਾ ਮਿਲਿਆ ਹੈ ਕਿ ਮੈਂ ਇਸ ਚਰਚ ਦੇ ਵਿੱਚ ਰਹਿ ਕੇ ਸਭ ਲੋਕਾਂ ਨਾਲ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਸਾਂਝਾ ਕਰ ਸਕਦਾ ਹੈ। ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਜਿਹੜੀ ਖੁਸ਼ੀ ਹੈ ਉਹ ਅੰਦਰੂਨੀ ਖੁਸ਼ੀ ਹੈ ਔਰ ਉਹਦਾ ਬਾਹਰੀ ਇਜ਼ਹਾਰ ਅੱਜ ਅਸੀਂ ਜਿਹੜਾ ਹੈ ਤੁਹਾਡੇ ਨਾਲ ਕਰ ਰਹੇ ਹਾਂ। ਪ੍ਰਭੂ ਯਿਸੂ ਮਸੀਹ ਦਾ ਜਨਮ ਇਸੇ ਲਈ ਸੰਸਾਰ ਦੇ ਵਿੱਚ ਹੋਇਆ ਕਿ ਉਹ ਲੋਕ ਜਿਹੜੇ ਆਸ਼ਾਹੀਨ ਨੇ, ਜੋ ਪਾਪ, ਬੁਰਾਈ, ਗੁਲਾਮੀ ਕਿਸੇ ਵੀ ਐਸੀ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਉਹ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦੇ, ਅੱਜ ਉਹਨਾਂ ਦੇ ਲਈ ਮੌਕਾ ਹੈ ਤੋ ਯਿਸੂ ਪ੍ਰਭੂ ਦੇ ਕੋਲ ਆਉਣ ਔਰ ਯਿਸੂ ਪ੍ਰਭੂ ਦੀ ਸਿੱਖਿਆ ਨੂੰ ਅਪਣਾਉਣ, ਯਿਸੂ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਨ ਔਰ ਆਪਣੀ ਜ਼ਿੰਦਗੀ ਨੂੰ ਇਸ ਪਾਪ, ਗੁਲਾਮੀ, ਰੋਗਾਂ, ਮਹਾਰੋਗਾਂ ਤੋਂ ਬਾਹਰ ਕੱਢ ਕੇ ਪ੍ਰਭੂ ਦੇ ਪਿਆਰ ਨੂੰ ਜਾਣਨ ਔਰ ਦੁਨੀਆਂ ਦੇ ਵਿੱਚ ਪ੍ਰਭੂ ਦੇ ਪਿਆਰ ਨੂੰ ਫੈਲਾਉਣ ਤਾਂ ਜੋ ਸਭ ਪਾਸੇ ਲੋਕ ਮਿਲ ਜੁਲ ਕੇ ਰਹਿਣ ਔਰ ਪ੍ਰਭੂ ਦੀ ਵਡਿਆਈ ਕਰਨ। ਮੈਂ ਤੁਹਾਡੇ ਰਾਹੀਂ ਸਾਰੇ ਬਠਿੰਡਾ ਦੇ ਸ਼ਹਿਰ ਵਾਸੀਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਜਿਹੜੀ ਖੁਸ਼ੀ ਹੈ ਔਰ ਨਾਲ ਹੀ ਨਾਲ ਸਾਡੇ ਬਠਿੰਡੇ ਸ਼ਹਿਰ ਲਈ, ਪੰਜਾਬ ਰਾਜ ਲਈ, ਭਾਰਤ ਦੇਸ਼ ਲਈ, ਪੂਰੀ ਦੁਨੀਆਂ ਦੇ ਲਈ ਅਸੀਂ ਇਸ ਤੁਹਾਡੇ ਚੈਨਲਾਂ ਦੇ ਰਾਹੀਂ ਇਸ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਇੱਥੋਂ ਦਾ ਪਾਦਰੀ ਹੁੰਦੇ ਹੋਏ ਆਪ ਸਭ ਨੂੰ ਜਿਹੜਾ ਹੈ ਵੱਡੇ ਦਿਨ, ਨਵੇਂ ਸਾਲ ਦੀ ਵਧਾਈ ਦਿੰਦਾ ਹੈ। ਸਾਡੇ ਵੱਲੋਂ, ਮੇਰੀ ਕਲੀਸਿਆ ਵੱਲੋਂ, ਸਾਡੇ ਚਰਚ ਵੱਲੋਂ ਸਭਨਾਂ ਨੂੰ ਮੈਰੀ ਕ੍ਰਿਸਮਸ ਅਤੇ ਹੈਪੀ ਨਿਊ ਈਅਰ। ਪ੍ਰਭੂ ਸਭਨਾਂ ਨੂੰ ਬਰਕਤ ਦੇਵੇ, ਤੁਹਾਡੇ ਚੈਨਲਾਂ ਨੂੰ, ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ ਵੀ ਪ੍ਰਭੂ ਬਰਕਤ ਦੇਵੇ। ਧੰਨਵਾਦ। ਤਾਂ ਸਾਰਿਆਂ ਨੂੰ ਇੱਕ ਵਾਰ ਫਿਰ ਮੈਰੀ ਕ੍ਰਿਸਮਸ। ਕ੍ਰਿਸਮਸ ਸਾਰਿਆਂ ਦੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਵੇ। ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ, ਮੈਂ ਦੇਵਕਰਨ। ਜੈ ਹਿੰਦ, ਜੈ ਭਾਰਤ। ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਈਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।